ਤੇ ਵੀ ਬਾਜੀ ਜਿਹੜਾ ਵੀ ਆਪਾਂ ਨੂੰ ਹੱਕ ਮਿਲਣਾ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੱਕ ਲਏ ਆ ਜੰਗਾਂ ਯੁੱਧਾਂ ਕੀਤੀਆਂ ਹੱਕ ਲਏ ਆ ਉਹਨਾਂ ਨੇ ਕਿਹਾ ਸ਼ਾਸਤਰਾਂ ਕੇ ਅਧੀਨ ਹੈ ਰਾਜ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਆ ਨਾ ਸਿੱਖ ਆਪਣਾ ਜਿਹੜਾ ਨਿੱਜੀ ਸਗਾ ਮਹਾਰਾਜ ਨੇ ਕਿਹਾ ਸੀ ਸ਼ਾਸਤਰ ਵਿਦਿਆ ਦੀ ਡੇਲੀ ਅਭਿਆਸ ਕਰਨਾ ਤੁਸੀਂ ਬਾਣੀ ਬਾਣੇ ਦੇ ਧਾਰਨੀ ਰਹਿਣਾ ਸਾਡੇ ਸਿੱਖਾਂ ਨੇ ਸ਼ਾਸਤਰ ਛੱਡ ਤੇ ਠੀਕ ਆ ਸ਼ਾਸਤਰ ਛੱਡ ਤੇ ਤੇ ਆਪਣੇ ਖੇਤੀਬਾੜੀ ਜਾਂ ਹੋਰ ਕਿਰਤ ਦੇ ਵਿੱਚ ਜੁੜ ਗਏ ਆ ਠੀਕ ਆ ਜਿੱਥੇ ਵੀ ਕਿਤੇ ਲਾਠੀ ਚਾਰਜ ਹੋਇਆ ਸਾਡੇ ਕਿੰਨਿਆਂ ਸਿੰਘਾਂ ਕੋਲੋਂ ਕਿਰਪਾਨਾਂ ਨਿਕਲੀਆਂ ਜਿੱਥੇ ਕਿਰਪਾਨਾਂ ਸਿੰਘਾਂ ਕੋਲ ਸੀਗੀਆਂ ਉੱਥੇ ਕਿਸੇ ਸਿੰਘ ਤੇ ਵਾਰ ਵੀ ਨਹੀਂ ਹੋਇਆ ਅਸੀਂ ਵੀ ਚੱਲਦੇ ਹਾਂ ਅਸੀਂ ਇਕੱਲੇ ਇਕੱਲੇ ਚੱਲਦੇ ਹਾਂ ਸਾਨੂੰ ਚੋਰ ਵੀ ਟੱਕਰਦੇ ਆ ਰਸਤੇ 'ਚ ਹੋਰ ਵੀ ਲੁੱਟਾਂ ਖੋਹ ਵਾਲੇ ਟੱਕਰਦੇ ਆ ਪਰ ਮਹਾਰਾਜ ਦੀ ਐਡੀ ਕਿਰਪਾ ਅਸੀਂ ਸ਼ਾਸਤਰ ਦੇ ਅਧੀਨ ਰਹਿੰਦੇ ਹਾਂ ਸਾਡੀ ਮਹਾਰਾਜ ਹਰ ਵੇਲੇ ਰੱਖਿਆ ਕਰਦੇ ਆ ਰੱਖੇ ਸ਼ਾਸਤਰ ਤੁਸੀਂ ਗੱਡੀ ਹਾਂਜੀ ਹੁਣ ਵੀ ਰੱਖਿਆ ਆਪਾਂ ਸ਼ਾਸਤਰ ਸ਼ਾਸਤਰ ਅੰਗ ਸੰਗ ਮਹਾਰਾਜ ਨੇ ਕਿਹਾ ਰੱਖਣਾ ਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ ਅਸੀਂ ਡੇਲੀ ਅਭਿਆਸ ਵੀ ਆਪਣਾ ਕਰਦੇ ਹਾਂ ਸਰਬ ਨੂੰ ਦਾ ਪਹਿਰਾ ਆ ਦੇਖੋ ਜਲ ਲੈ ਕੇ ਛੱਕਦੇ ਹਾਂ ਦਿਖਾਇਓ ਬਾਈ ਜੀ ਹੋਰੀ ਨਾਲ ਸਰਬਲੋ ਦਾ ਬਾਟਾ ਅਤੇ ਸ਼ਸਤਰ ਨਾਲ ਪਿਆ ਪਰ ਬਾਈ ਇਹ ਵੀ ਤਾਂ ਕਹਿੰਦੇ ਹਨ ਜੀ ਉਹ ਜਿਹੜੇ ਕਿਸਾਨ ਆਗੂਆਂ ਦੀ ਦਲੀਲ ਇਹ ਵੀ ਇੱਕ ਲੋਕਤੰਤਰੀ ਦੇਸ਼ ਹੈ ਇੱਥੇ ਸ਼ਸਤਰ ਨਹੀਂ ਚੁੱਕਿਆ ਜਾ ਸਕਦਾ ਜੀ ਵੀ ਲੋਕਤੰਤਰੀ ਦੇਸ਼ ਦੇ ਵਿੱਚ ਜੇ ਅਸੀਂ ਸ਼ਸਤਰ ਚੁੱਕ ਕੇ ਹੀ ਕਹਿੰਦੇ ਦੁਸ਼ਮਣਾਂ ਨੂੰ ਉਹਨੂੰ ਕਰਨ ਲੱਗ ਗਏ ਫਿਰ ਤਾਂ ਅਸੀਂ ਦੁਸ਼ਮਣ ਉਹ ਸਾਬਿਤ ਹੋ ਗਏ ਕਿ ਅਸੀਂ ਤਾਂ ਹਾਰ ਗਏ ਜੀ ਫਿਰ ਦੇਖੋ ਵੀਰ ਮਹਾਰਾਜ ਨੇ ਕਿਹਾ ਨਾ ਤਾਂ ਸ਼ਸਤਰ ਹੈ ਕਿ ਕਿਸੇ ਨੂੰ ਭੈ ਦੇਣਾ ਆ ਨਾ ਤਾਂ ਨਾ ਭੈ ਲੈਣਾ ਆ ਇਹਦੇ ਵਿੱਚ ਜਿਹੜਾ ਸ਼ਾਸਤਰ ਆ ਨਾ ਇਹ ਆਪਣੀ ਰੱਖਿਆ ਕਰਦਾ ਆ ਹੁਣ ਮੰਨ ਲਓ ਆਪਾਂ ਇੱਥੇ ਸ਼ਾਂਤਮਈ ਮਾਹੌਲ ਨਾਲ ਬੈਠੇ ਹਾਂ ਠੀਕ ਆ ਆਪਾਂ ਸ਼ਾਂਤਮਈ ਮਾਹੌਲ ਨਾਲ ਬੈਠ ਗਏ ਮੰਨ ਲਓ ਕੱਲ੍ਹ ਉੱਪਰੋਂ ਹੁਕਮ ਆ ਗਏ ਬਈ ਇੱਥੇ ਲਾਠੀ ਚਾਰਜ ਕਰ ਦਿਓ ਹੁਣ ਤੁਹਾਡੇ ਕੋਲ ਸ਼ਾਸਤਰ ਨਾ ਹੋਊਗਾ ਕੋਲ ਤੁਸੀਂ ਆਪਣਾ ਬਚਾਅ ਕਾਹਦੇ ਨਾਲ ਕਰੋਗੇ ਜੇ ਆਪਣੇ ਕੋਲ ਸ਼ਾਸਤਰ ਹੋਊਗਾ ਆਪਾਂ ਨਾ ਤਾਂ ਉਹਦਾ ਭੈ ਦਿੱਤਾ ਨਾ ਭੈ ਲੈਣਾ ਪਰ ਜੇਕਰ ਸਰਕਾਰ ਨੇ ਪਹਿਲ ਕਰਤੀ ਆਪਣੇ ਕੋਲ ਸ਼ਾਸਤਰ ਹੋਊਗਾ ਉਹ ਆਪਾਂ ਨੂੰ ਬਚਾਊਗਾ ਇਹ ਆਪਣੇ ਬਚਾਓ ਲਈ ਸ਼ਾਸਤਰ ਦਿੱਤਾ ਅਤੇ ਦੂਸਰੇ ਦੀ ਰੱਖਿਆ ਲਈ ਦਿੱਤਾ ਇਹਦੇ ਵਿੱਚ ਕੋਈ ਇਹਦੇ ਵਿੱਚ ਕਹਿਣ ਦੀ ਹੱਕ ਨਹੀਂ ਗੱਲ ਹੈਗੀ ਭਈ ਇਹ ਲੋਕਤੰਤਰ ਆ ਜਾਂ ਕੁਛ ਵੀ ਆ ਇਹ ਜਿਸ ਟਾਈਮ ਸਰਕਾਰ ਨੇ ਵਧੀਕੀ ਕਰਨੀ ਹੈ ਉਸ ਟਾਈਮ ਚੱਲਣਾ ਹੈ ਨਹੀਂ ਤਾਂ ਆਪਣੇ ਕੋਲ ਪਏ ਆ ਫੈਕਟਰੀਆਂ 'ਚ ਜਾਂਦੇ ਆ ਸਾਰੇ ਕਿਤੇ ਜਾਂਦੇ ਕੋਈ ਰੋਕ ਟੋਕ ਨਹੀਂ ਸੰਵਿਧਾਨ 'ਚ ਵੀ ਲਿਖਿਆ ਗਿਆ ਆ ਵੀ 3 ਫੁੱਟ ਦੀ ਕਿਰਪਾਨ ਅਸੀਂ ਰੱਖ ਸਕਦੇ ਹਾਂ ਕੋਈ ਰੋਕ ਨਹੀਂ ਸਕਦਾ ਅਮੈਰੀਕਾ ਕੈਨੇਡਾ ਦੇ ਵਿੱਚ ਦੇਖ ਲਓ ਸਿੰਘ ਸ਼ਰੇਆਮ ਰੱਖ ਰਹੇ ਆ